ਦੋਸਤੋ ਪੰਜਾਬ ਦੇ ਦੋ ਬਖ ਬਖ ਸਕੂਲਾਂ ਵਿੱਚ ਬਖ ਬਖ ਪੋਸਟਾਂ ਲਈ ਨੋਟੀਫਿਕੇਸ਼ਨ ਜਾਰੀ ਕਰਤੇ ਗਏ ਨੇ ਜੀ ਦੋਸਤੋ ਕਿਵੇਂ ਤੁਸੀਂ ਅਪਲਾਈ ਕਰਨਾ ਤੇ ਕੌਣ-ਕੌਣ ਅਪਲਾਈ ਕਰ ਸਕਦਾ ਸਾਰੀ ਜਾਣਕਾਰੀ ਡਿਟੇਲ ਚ ਦਿਆਂਗਾ ਕਿਰਪਾ ਕਰਕੇ ਵੀਡੀਓ ਨੂੰ ਲਾਸਟ ਤੱਕ ਜੂਰ ਦੇਖਿਓ ਦੋਸਤੋ ਅੱਜ ਦੀ ਬਿਲਕੁਲ ਫਰੈਸ਼ ਭਰਤੀ ਹੈ ਜੀ ਦੋਸਤੋ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਨੀਚੇ ਤੁਹਾਨੂੰ ਬਲੈਕ ਕਲਰ ਦਾ ਸਬਸਕ੍ਰਾਈਬ ਬਟਨ ਦਿਖ ਰਿਹਾ ਹੋਵੇਗਾ ਉਹਨੂੰ ਦਬਕੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਨਾਲ ਹੀ ਤੁਹਾਨੂੰ ਬੈਲ ਆਈਕਨ ਦਿਖ ਰਿਹਾ ਹੋਵੇਗੀ ਉਹਨੂੰ ਦਬਕੇ ਤੁਸੀਂ ਆਲ ਨੋਟੀਫਿਕੇਸ਼ਨ ਔਨ ਕਰ ਲੈਣਾ ਜੀ ਦੋਸਤੋ ਪੰਜਾਬ ਸਟੇਟ ਵਿੱਚ ਜਦੋਂ ਵੀ ਨਵੀਂ ਭਰਤੀ ਆਵੇ ਉਹਦੀ ਸਹੀ ਅਤੇ ਸਟੀਕ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਚਲੋ ਦੋਸਤੋ ਬਿੜੋ ਸ਼ੁਰੂ ਕਰਦੇ ਹਾਂ ਦੋਸਤੋ ਨੋਟੀਫਿਕੇਸ਼ਨ ਨੰਬਰ 1 ਜੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ आर्मी पब्लिक स्कूल फरोजपुर वाला नोटिफिकेशन जारी ਕੀਤਾ ਗਿਆ ਜੀ ਦੋਸਤੋ ਹੋਰ ਬਤੇਰੀ ਜਾਣਕਾਰੀ ਲਈ ਤੁਸੀਂ ਨਾ ਹੈਲਪਲਾਈਨ ਨੰਬਰ ਤੇ ਕਾਲ ਕਰਕੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਜੀ ਦੋਸਤੋ ਪੋਸਟਾਂ ਡਿਟੇਲ ਕੁਝ ਇਸ ਪ੍ਰਕਾਰ ਹੈ ਜੀ ਪੋਸਟ ਨੰਬਰ 1 ਆ ਜੀ ਹੈਲਥ ਬੈਲੈਂਸ ਟੀਚਰ ਦੀ ਪੋਸਟ ਹੈ ਜੀ ਕਾਉਂਸਲਰ ਦੀ ਕੁਆਲਿਫੀਕੇਸ਼ਨ ਹੈ ਜੀ ਗ੍ਰੈਜੂਏਟ ਡਿਗਰੀ ਤੁਸੀਂ ਕੰਪਲੀਟ ਕੀਤੀ ਹੈ ਸਾਈਕੋਲੋਜੀ ਵਿੱਚ ਜਾਂ ਫਿਰ ਡਿਪਲੋਮਾ ਤੁਸੀਂ ਕੰਪਲੀਟ ਕੀਤਾ ਹੈ ਕਾਉਂਸਲਿੰਗ ਵਿੱਚ ਤੁਹਾਡੇ ਕੋਲ ਐਕਸਪੀਰੀਅੰਸ ਆ ਸੰਬੰਧਿਤ ਫੀਲਡ ਦਾ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ ਜੀ ਪੋਸਟ ਨੰਬਰ 2 ਆ ਜੀ ਸਾਇੰਸ ਲੈਬ اٹینڈੈਂਟ ਦੀ ਪੋਸਟ ਆ ਜੀ ਵਿੱਦਿਅਕ ਯੋਗਤਾ ਜੀ ਪਲੱਸ 2 ਤੁਸੀਂ ਪਾਸ ਕੀਤੀ ਹੈ ਸਾਇੰਸ ਸਬਜੈਕਟ ਨਾਲ ਕੰਪਿਊਟਰ ਦੀ ਤੁਹਾਡੇ ਕੋਲ ਜਾਣਕਾਰੀ ਹੈ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ ਜੀ ਪੋਸਟ ਨੰਬਰ 3 ਹੈ ਜੀ ਕੰਪਿਊਟਰ ਲੈਬਾਰਟਰੀ ਟੈਕਨੀਸ਼ੀਅਨ ਦੀ ਪੋਸਟ ਹੈ ਜੀ ਵਿਦਿਅਕ ਯੋਗਤਾ ਪਲੱਸ 2 ਤੁਸੀਂ ਪਾਸ ਕੀਤੀ ਹੈ ਜਾਂ ਫਿਰ ਡਿਪਲੋਮਾ ਤੁਸੀਂ ਕੰਪਲੀਟ ਕੀਤਾ ਹੈ ਕੰਪਿਊਟਰ ਸਾਇੰਸ ਦਾ 1 ਸਾਲ ਦਾ ਨੌਲੀਆ ਤੁਹਾਡੇ ਕੋਲ ਹਾਰਡਵੇਅਰ ਦੀ ਨੈਟਵਰਕਿੰਗ ਦੀ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ ਜੀ ਉਮਰ ਸੀਮਾ ਜੀ 40 ਤੋਂ ਲੈ ਕੇ 55 ਸਾਲ ਤੱਕ ਦੇ ਉਮੀਦਵਾਰ ਅਪਲਾਈ ਕਰ ਸਕਣਗੇ ਪੋਸਟ ਨੰਬਰ 4 ਜੀ ਪੋਸਟ ਹੈ ਜੀ ਆਈਟੀ ਸੁਪਰਵਾਈਜ਼ਰ ਦੀ ਪੋਸਟ ਹੈ ਜੀ ਕੁਆਲਿਫੀਕੇਸ਼ਨ ਹੈ ਜੀ ਗ੍ਰੈਜੂਏਟ ਡਿਗਰੀ ਤੁਸੀਂ ਕੰਪਲੀਟ ਕੀਤੀ ਆ ਜਾਂ ਡਿਪਲੋਮਾ ਤੁਸੀਂ ਕੰਪਲੀਟ ਕੀਤਾ ਹੈ ਕੰਪਿਊਟਿੰਗ ਵਿੱਚ ਨੌਲੇਜ ਹੈ ਤੁਹਾਡੇ ਕੋਲ ਹਾਰਡਵੇਅਰ ਕੰਪਿਊਟਰ ਆਦਿ ਦੀ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ ਜੀ ਦੋਸਤੋ ਨੈਕਸਟ ਹੈ ਜੀ ਐਡਮਿਨਿਸਟ੍ਰੇਟਿਵ ਸਟਾਫ ਦੀ ਪੋਸਟ ਹੈ ਜੀ ਪੋਸਟ ਨੰਬਰ 5 ਜੀ ਸੁਪਰਵਾਈਜ਼ਰ ਐਡਮਿਨਿਸਟ੍ਰੇਸ਼ਨ ਦੀ ਪੋਸਟ ਹੈ ਜੀ ਅਪਲਾਈ ਕਰ ਸਕਦੇ ਨੇ ਜੀ ਜੇ ਸੁਬੇਦਾਰ ਮੇਜਰ ਤੋਂ ਰਿਟਾਇਰਮੈਂਟ ਹੋ ਚੁੱਕੇ ਨੇ ਜੀ ਉਹ ਉਮੀਦਵਾਰ ਅਪਲਾਈ ਕਰ ਸਕਣਗੇ ਅਕਾਊਂਟੈਂਟ ਦੀ ਪੋਸਟ ਹੈ ਜੀ ਜਿਨ੍ਹਾਂ ਨੇ ਕ੍ਰੈਜੂ ਡਿਗਰੀ ਕੰਪਲੀਟ ਕੀਤੀ ਆ 15 ਸਾਲ ਦਾ ਉਹਨਾਂ ਕੋਲ ਐਕਸਪੀਰੀਅੰਸ ਹੈ ਜਾਂ ਸਰਵਿਸ ਹੈ ਉਹ ਉਮੀਦਵਾਰ ਅਪਲਾਈ ਕਰ ਸਕਦੇ ਨੇ ਜੀ ਉਹ ਰਿਟਾਇਰਮੈਂਟ ਹੋਣੀ ਚਾਹੀਦੀ ਨੇ ਜੀ ਆਰਮੀ 에ਅਰ ਫੋਰਸ ਨੇਵੀ ਤੋਂ ਪੋਸਟ ਨੰਬਰ 7 ਜੀ ਕਲਰਕ ਦੀ ਪੋਸਟ ਹੈ ਜੀ ਬੀ ਕਾਮ ਤੁਸੀਂ ਕੰਪਲੀਟ ਕੀਤੀ ਆ 15 ਸਾਲ ਦਾ ਤੁਹਾਡੇ ਕੋਲ ਐਕਸਪੀਰੀਅੰਸ ਹੈ ਜਾਂ ਸਰਵਿਸ ਹੈ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ ਜੀ ਪੋਸਟ ਨੰਬਰ 8 ਜੀ ਪੈਰਾਮੈਡਿਕ ਫੀਮੇਲ ਦੀ ਪੋਸਟ ਹੈ ਜੀ ਪਲੱਸ ਤੁਸੀਂ ਪਾਸ ਕੀਤੀ ਆ ਜਾਂ ਡਿਪਲੋਮਾ ਤੁਸੀਂ ਕੰਪਲੀਟ ਕੀਤਾ ਹੈ ਨਰਸਿੰਗ ਵਿੱਚ 5 ਸਾਲ ਦਾ ਤੁਹਾਡੇ ਕੋਲ ਐਕਸਪੀਰੀਅੰਸ ਹੈ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ ਜੀ ਸਾਰੀਆਂ ਕਾਪੀਆਂ ਅਟੈਸਟਡ ਕਰਵਾ ਕੇ ਨਾਲ ਲਗਾ ਦੇਣੀਆਂ ਨੇ ਜੀ ਜਦੋਂ ਤੁਸੀਂ ਇੰਟਰਵਿਊ ਲਈ ਜਾਓਗੇ ਆਪਣੇ ओरिजिनल ਡਾਕੂਮੈਂਟਸ ਲੈ ਕੇ ਜਾਣੇ ਜ਼ਰੂਰੀ ਹੋਣਗੇ ਜੀ ਪੋਸਟਾਂ ਦੀ ਗਿਣਤੀ ਨੂੰ ਘਟਾਇਆ ਵਧਾਇਆ ਜਾ ਸਕਦਾ ਜੀ ਇੰਟਰਵਿਊ اٹੈਂਡ ਕਰਨ ਲਈ ਤੁਹਾਨੂੰ ਕੋਈ ਟ੍ਰੀਡ ਦਾ ਭਤਾਨ ਨਹੀਂ ਕੀਤਾ ਜਾਵੇਗਾ ਜੇਕਰ ਤੁਸੀਂ ਮੇਲ ਦੁਆਰਾ ਅਪਲਾਈ ਕਰੋਗੇ ਜੀ ਉਹ ਮੰਨਿਆ ਨਹੀਂ ਜਾਵੇਗਾ ਅਪਲਾਈ ਤੁਸੀਂ ਕਰਨਾ ਕਿਵੇਂ ਆ ਜੀ ਦੋਸਤੋ ਅਪਲਾਈ ਕਰਨ ਲਈ ਤੁਹਾਨੂੰ ਇੱਕ ਐਪਲੀਕੇਸ਼ਨ ਫਾਰਮ ਦੀ ਜਰੂਰਤ ਹੋਵੇਗੀ ਐਪਲੀਕੇਸ਼ਨ ਫਾਰਮ ਤੁਸੀਂ ਇਨਦੀ ਆਫਸ ਦੀ ਵੈਬਸਾਈਟ ਤੋਂ ਡਾਊਨਲੋਡ ਕਰ ਲੈਣਾ ਜੀ ਵੈਬਸਾਈਟ ਇੱਥੇ ਮੈਂਸ਼ਨ ਕੀਤੀ ਗਈ ਹੈ ਜੀ ਇਹਦੇ ਤੁਸੀਂ ਡਾਊਨਲੋਡ ਕਰਕੇ ਚੰਗੀ ਤਰ੍ਹਾਂ ਪੜ੍ਹ ਕੇ ਫਿਲਪ ਕਰਕੇ ਬੀ ਡਾਕੂਮੈਂਟ ਸਾਰੇ ਦੇ ਨਾਲ ਲਗਾ ਕੇ 100 ਰੁਪਏ ਐਪਲੀਕੇਸ਼ਨ ਫੀਸ ਰੱਖੀ ਆ ਜਿਹਦਾ ਤੁਸੀਂ ਬਣਾਉਣਾ ਹੈ ਜੀ ਡਿਮਾਂਡ ਡਰਾਫਟ ਡਿਮਾਂਡ ਡਰਾਫਟ ਤੁਸੀਂ ਬਣਾਉਣਾ ਜੀ ਆਰਮੀ ਪਬਲਿਕ ਸਕੂਲ ਫਿਰੋਜ਼ਪੁਰ ਦੇ ਨਾਂ ਤੇ ਬਣਾਉਣਾ ਹੋਵੇਗਾ ਉਹ ਨਾਲ ਲਗਾ ਕੇ 20 ਫਰਵਰੀ 2023 ਤੱਕ ਐਡਰੈਸ ਤੇ ਮੈਂਸ਼ਨ ਕੀਤਾ ਗਿਆ ਜੀ ਆਰ ਨियर ਆਰਮੀ ਰਿਕਰੂਟਿੰਗ ਆਫਿਸ ਫਿਰੋਜ਼ਪੁਰ ਕੈਂਟ ਦੇ ਐਡਰੈਸ ਤੇ ਤੁਸੀਂ ਇਹਨਾਂ ਡਾਕੂਮੈਂਟਸ ਭੇਜ ਦੇਣੇ ਨੇ ਜੀ ਨੰਬਰ 2 ਆ ਜੀ ਇਹ ਵੀ ਸਕੂਲ ਸੇਮ ਹੀ ਹੈ ਉਸੇ ਸਕੂਲ ਵਿੱਚ ਟੀਚਰ ਦੀਆਂ ਪੋਸਟਾਂ ਹਨ ਜੀ ਆਰਮੀ ਪਬਲਿਕ ਸਕੂਲ ਫੋਜ਼ਪੁਰ ਵੱਲੋਂ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਇਹਦੇ ਵਿੱਚ ਪੋਸਟਾਂ ਨੇ ਜੀ ਟੀਚਰ ਦੀਆਂ TGT PRT ਆਲ ਸਬਜੈਕਟ TRT ਆਰਟ ਐਂਡ ਕਰਾਫਟ ਕੰਪਿਊਟਰ ਐਂਡ ਜੋਗਰ ਟੀਚਰ ਦੀਆਂ ਪੋਸਟਾਂ ਲਈ ਤੁਸੀਂ ਅਪਲਾਈ ਕਰ ਸਕਦੇ ਹੋ ਜੀ ਦੋਸਤੋ ਇਹਨਾਂ ਪੋਸਟਾਂ ਲਈ ਜੋ ਨਵੇਂ ਉਮੀਦਵਾਰ ਨੇ ਜੀ ਉਹ 40 ਸਾਲ ਤੱਕ ਦੀ ਏਜ ਤੱਕ ਅਪਲਾਈ ਕਰ ਸਕਦੇ ਨੇ ਜੀ ਜਿਨ੍ਹਾਂ ਕੋਲ ਐਕਸਪੀਰੀਅੰਸ ਹੈ 57 ਸਾਲ ਤੱਕ ਦੀ ਏਜ ਤੱਕ ਅਪਲਾਈ ਕਰ ਸਕਣਗੇ ਜਿਨ੍ਹਾਂ ਨੇ ਸੀਐਸਵੀ ਸੀਟੈਟ ਟੈਟ ਕਲੀਅਰ ਕੀਤਾ ਹੈ ਉਹ ਉਮੀਦਵਾਰ ਅਪਲਾਈ ਕਰ ਸਕਣਗੇ ਅਪਲਾਈ ਕਰਨ ਦਾ ਤਰੀਕਾ ਸੇਮ ਹੈ ਜੀ ਐਪਲੀਕੇਸ਼ਨ ਫਾਰਮ ਤੁਸੀਂ ਇਨਦੀ ਆਫਸਲੀ ਵੈਬਸਾਈਟ ਤੋਂ ਡਾਊਨਲੋਡ ਕਰ ਲੈਣਾ ਜੀ ਔਰ ਐਪਲੀਕੇਸ਼ਨ ਫੀਸ 100 ਰੁਪਏ ਰੱਖੀ ਗਈ ਆ ਟਮਾਂਡ ਡਰਾਫਟ ਤੁਸੀਂ ਬਣਾਉਣਾ ਹੋਵੇਗਾ ਜੀ ਆਰਮੀ ਪਬਲਿਕ ਸਕੂਲ ਫਿਰੋਜ਼ਪੁਰ ਦੇ ਨਾਤੇ 20 ਫਰਵਰੀ 2023 ਤੱਕ ਤੁਸੀਂ ਭੇਜ ਦੇਣਾ ਜੀ ਐਡਰੈਸ ਤੇ ਮੈਂਸ਼ਨ ਕੀਤਾ ਗਿਆ ਜੀ चलो दोस्तों आप चलते हैं नैक्सट नोटिफिकेशन के उपर स्कूल नंबर दो जी नोटिफिकेशन जारी किया गया जी आर्मी पब्लिक स्कूल संगरूर वालों नोटिफिकेशन जारी किया गया जी पोस्ट एंड डिटेल कुछ इस प्रकार है जी पोस्ट नंबर एक है जी टी जी टी सबजैक्ट है जी एस एस टी मैथ नंबर दो है जी प्राइमरी टीचर पी आर टी नंबर तीन है जी काउंसलर स्पेशल एजुकेटर आर्ट एंड क्राफ्ट स्पोर्ट टीचर ਨੰਬਰ 4 ਆ ਜੀ ਐਡਮ ਸਟਾਫ ਕਲਰਕ ਇਹਨਾਂ ਪੋਸਟਾਂ ਲਈ ਐਕਸ ਸਰਵਿਸਮੈਨ ਕੈਂਡੀਡੇਟਸ ਅਪਲਾਈ ਕਰ ਸਕਣਗੇ ਜੋ ਕਲਰਕ ਦੀਆਂ ਪੋਸਟਾਂ ਨੇ ਜੀ ਕੁਆਲੀਫਿਕੇਸ਼ਨ ਸਿਬੀਐਸਸੀ ਦਾਦੇ ਅਨੁਸਾਰ ਹੋਵੇਗੀ ਜੀ ਕੁਆਲੀਫਿਕੇਸ਼ਨ ਤੁਹਾਨੂੰ ਮੈਂ ਦੱਸਤੀ ਸੇਮ ਕੁਆਲੀਫਿਕੇਸ਼ਨ ਉਹੀ ਹੈ ਨਾ ਪੋਸਟਾਂ ਲਈ ਵੀ ਸੀਟੈਟ ਸੀਐਸਵੀ ਸਕੋਰ ਤੁਸੀਂ ਕਲੀਅਰ ਕੀਤਾ ਹੋਣਾ ਜ਼ਰੂਰੀ ਜੋ ਇਹਦਾ ਐਗਜ਼ਾਮ ਹੁੰਦਾ ਉਹ ਕਲੀਅਰ ਕੀਤਾ ਹੋਣਾ ਜ਼ਰੂਰੀ ਹੋਗਾ ਉਮਰ ਸੀਮਾ ਸੇਮ ਹੈ ਜੀ ਅਪਲਾਈ ਕਰਨ ਦਾ ਤਰੀਕਾ ਵੀ ਸੇਮ ਹੈ ਜੀ ਐਪਲੀਕੇਸ਼ਨ ਫਾਰਮ ਤੁਸੀਂ ਇਹਨਾਂ ਦੀ ਆਫੀਸ਼ੀਅਲ ਵੈਬਸਾਈਟ ਤੋਂ ਡਾਊਨਲੋਡ ਕਰ ਲੈਣਾ ਜੀ ਔਰ ਐਪਲੀਕੇਸ਼ਨ ਫੀਸ ਰੱਖੀ ਹੈ 100 ਰੁਪਿਆ ਜੀ ਇਹ ਤੁਸੀਂ ਬਣਾਣਾ ਹੈ ਬੈਂਕ ਡਰਾਫਟ ਡਿਮਾਂਡ ਡਰਾਫਟ ਤੁਸੀਂ ਬਣਾਣਾ ਜੀ ਆਰਮੀ ਪਬਲਿਕ ਸਕੂਲ ਸੰਗਰੂਰ ਦੇ ਨਾਂ ਤੇ ਬਣਾਉਣਾ ਹੋਵੇਗਾ ਔਰ ਲਾਸਟ ਡੇਟ ਹੈ ਜੀ 15 ਫਰਵਰੂਅਰੀ 2023 ਤੱਕ ਤੁਸੀਂ ਆਪਣਾ ਡਾਕੂਮੈਂਟਸ ਭੇਜ ਦੇਣੇ ਨੇ ਜੀ ਐਡਰੈਸ ਨੋਟ ਕਰ ਲਓ ਜੀ ਆਰਮੀ ਪਬਲਿਕ ਸਕੂਲ ਮਿਲਟਰੀ ਗੇਟ ਨੰਬਰ 2 ਸੰਗਰੂਰ ਦੇ ਐਡਰੈਸ ਤੇ ਤੁਸੀਂ ਆਪਣਾ ਡਾਕੂਮੈਂਟਸ ਭੇਜ ਦੇਣੇ ਨੇ ਜੀ ਦੋਸਤੋ ਉਮੀ